थोड़े बारे ये भी प्रचार किया जा रहा कहिंदा कि अकाली दल सूट वंड रहा है, कोट वंड रहा है, अकाली दल शराब वंड रहा है, सच्चाई है बिल्कुल? देखो असी तो कोई सूट नहीं वंडिया ना कोई शराब वंडी है, लेकिन ये पार्टियां एक दूए से इल्जाम लाउंदियां। पार्टी एक नारा ला रही है अजकल थोड़े इधर पिंडां दे विच पूरे शहरां दे विच, वो कहिंदे एक मौका आपनूं फिर देखना पंजाब नूं, कहिंदा मुड़ के वोट मंगण नहीं आंदे थोतों, पांच साल दे दो सानूं, पांच साल मंग। मौका जिहड़ा केजरीवाल नूं दित्ता सी पंजाब वालियां ने इत्थों विधायक जिता के भेजिया, विधानसभा दे विच विरोधी धिर बनी, तुसीं एक भी मुद्दा विधानसभा का कढ़ दो पांच साल दे विच भी विरोधी धिर ने कोई उठाया हो। ਸਸਪੈਂਡ ਕਰਤਾ ਸੀ ਆਪਣਾ ਵਿਧਾਇਕ ਅਸੀਂ, ਆਮ ਆਦਮੀ ਪਾਰਟੀ ਕਹਿ ਰਹੀ ਹੈ ਕੋਈ ਸਸਪੈਂਡ ਨਹੀਂ ਕੀਤਾ, ਤੁਸੀਂ ਔਨ ਰਿਕਾਰਡ ਕਰੋ ਸਸਪੈਂਡ ਕੋਈ ਨਹੀਂ ਕੀਤਾ, ਸਾਹਿਬ ਅੱਜ ਤਨਖਾਹਾਂ ਦੇ ਮਾਲਕ ਬਣ ਕੇ ਜਿਹੜੇ MLA ਬਣੇ ਸੀਗੇ ਤੇ ਉਹਨਾਂ ਵਿੱਚੋਂ 11 ਭੱਜ ਕੇ ਕਾਂਗਰਸ ਜੁਆਇਨ ਕਰ ਗਏ, ਜਿਹੜੇ MLA 20 MLA ਨਹੀਂ ਪਾਰਟੀ ਸਾਂਭ ਸਕੀ ਉਹ ਪੰਜਾਬ ਕਿਵੇਂ ਚਲਾਊ? ਪੰਜਾਬ ਦੇ ਵਿੱਚ ਹਨੇਰੀ ਝੁੱਲੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਤੇ BSP ਦੀ ਤੇ ਗੱਠਜੋੜ ਦੀ ਜਿਹੜੀ ਸਾਂਝੀ ਸਰਕਾਰ ਬਣਨ ਜਾ ਰਹੀ ਹੈ, ਤੋ ਇੱਥੋਂ ਵੱਡੀ ਲੀਡ ਦੇ ਨਾਲ ਸਰਦਾਰ ਰਣਜੀਤ ਸਿੰਘ ਦੀ ਗਿੱਲ ਸਾਹਿਬ ਹੈ ਜਿਹੜੇ ਜਿਤਾ ਕੇ ਹਲਕੇ ਦੇ ਲੋਕ ਪਤਵੰਤ ਤੇ ਸੱਜਣ ਵਿਧਾਨ ਸਭਾ ਦੇ ਭੇਜ ਰਹੇ। ਚੋਣਾਂ ਦਾ ਮਾਹੌਲ ਪੱਕਿਆ ਹੋਇਆ, ਵੱਖ ਵੱਖ ਸਿਆਸੀ ਪਾਰਟੀਆਂ ਪਿੰਡਾਂ ਸ਼ਹਿਰਾਂ ਦੇ ਵਿੱਚ ਆਪਣਾ ਆਪਣਾ ਚੋਣ ਪ੍ਰਚਾਰ ਕਰ ਰਹੀਆਂ ਨੇ, ਦਾਅਵੇ ਕਰ ਰਹੀਆਂ ਨੇ ਕਿ ਅਸੀਂ ਸਰਕਾਰ ਬਣਾਵਾਂਗੇ, ਪਰ ਲੋਕ ਫਤਵਾ ਕਿਸ ਨੂੰ ਦੇਣਗੇ? 10 ਮਾਰਚ ਨੂੰ ਰਿਜ਼ਲਟ ਆਣਾ, ਪਰ 18 ਤਰੀਕ ਤੱਕ ਚੋਣ ਪ੍ਰਕਿਰਿਆ ਚੱਲ ਰਹੀ ਹੈ ਤੇ ਇਸ ਨੂੰ ਲੈ ਕੇ ਪਿੰਡਾਂ ਦੇ ਵਿੱਚ ਅੱਜ ਕੱਲ੍ਹ ਮੀਟਿੰਗਾਂ ਹੋ ਰਹੀਆਂ ਨੇ, ਕਈ ਉਮੀਦਵਾਰਾਂ ਦੀਆਂ ਮੀਟਿੰਗਾਂ ਰੈਲੀ ਦੇ ਰੂਪ ਧਾਰਨ ਕਰ ਰਹੀਆਂ ਨੇ, ਤੇ ਅੱਜ ਪਿੰਡ ਖਿਜ਼ਰਾਬਾਦ ਜੋ ਕਿ ਵੱਡਾ ਪਿੰਡ ਹੈ, ਦੋ ਪੰਚਾਇਤਾਂ ਬਣਦੀਆਂ ਨੇ, ਇਸ ਪਿੰਡ ਤੋਂ ਪਤਾ ਲੱਗਦਾ ਕਿ ਹਲਕਾ ਖੜਦੀ ਹਨੇਰੀ ਕਿਸ ਪਾਰਟੀ ਝੁਲ ਰਹੀ ਹੈ, ਤਾਂ ਇਸ ਨੂੰ ਲੈ ਕੇ ਹਰਦੀਪ ਸਾਡੇ ਨਾਲ ਨੇ। ਅੱਜ ਮੀਟਿੰਗ ਰੱਖੀ ਗਈ ਸੀ, ਇਕੱਠ ਵੀ ਬਹੁਤ ਹੋਇਆ, ਹੋਰ ਪਾਰਟੀਆਂ ਦੀ ਬਹੁਤ ਹੁੰਦਾ ਹੈ, ਉਮੀਦ ਕੀ ਲੱਗਦੀ ਹੈ ਕਿ ਤੁਹਾਡੀ ਸਰਕਾਰ ਆਏਗੀ ਜਾਂ ਕਿਸੇ ਹੋਰ ਦੀ? ਅੱਜ ਸਿਲਸਿਲਾਵਾਰ ਸਾਡੇ ਪਿੰਡ ਜਿਹੜੀ ਮੀਟਿੰਗ ਸੀਗੀ ਤੇ ਸਾਡੇ ਨਿੱਕੇ ਜਿਹੇ ਸੱਦੇ ਤੇ ਨਗਰ ਨਿਵਾਸੀਆਂ ਨੇ ਬਹੁਤ ਵੱਡਾ ਜਿਹੜਾ ਸਮਰਥਨ ਉਹ ਗਿੱਲ ਸਾਹਿਬ ਨੂੰ ਦਿੱਤਾ, ਤੇ ਨੌਜਵਾਨ ਸਾਥੀ ਤੇ ਬਜ਼ੁਰਗ ਮਾਤਾਵਾਂ ਭੈਣ ਤੁਸੀਂ ਦੇਖਿਆ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਸਨ, ਤੇ 150 ਤਕਰੀਬਨ ਕਾਫਲੇ ਮੋਟਰਸਾਈਕਲ ਕਾਫਲਾ ਜਿਹੜਾ ਕਿ ਗਿੱਲ ਸਾਹਿਬ ਨੂੰ ਜਿਹਨੇ ਰਿਸੀਵ ਕੀਤਾ, ਤੇ ਮੈਂ ਇਹ ਵਿਸ਼ਵਾਸ ਦਵਾਉਂਦਾ ਸਾਨੂੰ ਕਿ ਖਿਜ਼ਰਾਬਾਦ ਤੋਂ ਜਿਹੜੇ ਗਿੱਲ ਸਾਹਿਬ ਹੈ ਉਹ ਬਿਲਕੁਲ ਐਤਕੀ ਲੀਡ ਲੈ ਕੇ ਨਿਕਲਣਗੇ। ਕਈ ਗੱਲਾਂ ਤੁਹਾਡੇ ਬਾਰੇ ਇਹ ਵੀ ਪ੍ਰਚਾਰ ਕੀਤਾ ਜਾ ਰਿਹਾ, ਕਹਿੰਦਾ ਕਿ ਅਕਾਲੀ ਦਲ ਸੂਟ ਵੰਡ ਰਿਹਾ ਹੈ, ਕੋਟ ਵੰਡ ਰਿਹਾ ਹੈ, ਅਕਾਲੀ ਦਲ ਸ਼ਰਾਬ ਵੰਡ ਰਿਹਾ ਹੈ, ਸੱਚਾਈ ਹੈ ਬਿਲਕੁਲ ਇਹ? ਦੇਖੋ ਅਸੀਂ ਤਾਂ ਕੋਈ ਸੂਟ ਨਹੀਂ ਵੰਡਿਆ ਨਾ ਕੋਈ ਸ਼ਰਾਬ ਵੰਡੀ ਹੈ, ਲੇਕਿਨ ਇਹ ਪਾਰਟੀਆਂ ਇੱਕ ਦੂਏ ਤੇ ਇਲਜ਼ਾਮ ਲਾਉਂਦੀਆਂ ਵੀ ਉਹ ਫਲਾਣਾ ਇਹ ਇਲਜ਼ਾਮ ਲਾਉਣਾ ਸੌਖਾ ਹੈ, ਲੇਕਿਨ ਲੜਾਈ ਜਿਹੜੀ ਅੱਜ ਹੈ ਉਹ ਪੰਜਾਬ ਦੇ ਮੁੱਦਿਆਂ ਦੀ ਹੈ, ਪੰਜਾਬ ਦੇ ਮੁੱਦਿਆਂ 'ਤੇ ਲੜਾਈ ਹੋਣੀ ਚਾਹੀਦੀ ਹੈ, ਪੰਜਾਬ ਦੇ ਮੁੱਦੇ ਕਾਂਗਰਸ ਸਰਕਾਰ ਪਿੱਛੇ ਸੱਤਾ ਦੇ ਵਿੱਚ ਰਹੀ ਉਹਨੇ ਕਿੰਨੇ ਕੁ ਮੁੱਦੇ ਹੱਲ ਕੀਤੇ ਉਹ ਆਪ ਜੀ ਦੇ ਸਾਹਮਣੇ ਹੈ, ਅਤੇ ਅੱਜ ਆਮ ਆਦਮੀ ਪਾਰਟੀ ਇੱਕ ਨਾਰਾ ਲਾ ਰਹੀ ਅੱਜ ਕੱਲ੍ਹ ਤੁਹਾਡੇ ਇੱਧਰ ਪਿੰਡਾਂ ਦੇ ਵਿੱਚ ਪੂਰੇ ਸ਼ਹਿਰਾਂ ਦੇ ਵਿੱਚ, ਉਹ ਕਹਿੰਦੇ ਇੱਕ ਮੌਕਾ ਆਪ ਨੂੰ ਫਿਰ ਦੇਖਣਾ ਪੰਜਾਬ ਨੂੰ, ਕਹਿੰਦਾ ਮੁੜ ਕੇ ਵੋਟ ਮੰਗਣ ਨਹੀਂ ਆਉਂਦੇ ਥੋਤੋਂ, ਪੰਜ ਸਾਲ ਦੇ ਦਿਓ ਸਾਨੂੰ, ਪੰਜ ਸਾਲ ਮੰਗ ਰਹੇ। ਜਦੋਂ 17 ਦੇ ਵਿੱਚ ਅਕਾਲੀ ਦਲ ਨੂੰ ਇੰਨਾ ਭੰਡਿਆ ਗਿਆ, ਚਾਹੇ ਉਹ ਬੇਅਦਬੀ ਦਾ ਮੁੱਦਾ ਹੋਵੇ ਚਾਹੇ ਹੋਰ ਮੁੱਦੇ ਲੈ ਕੇ, ਅਕਾਲੀ ਦਲ ਨੂੰ ਝੂਠ 'ਤੇ ਇੰਨਾ ਭੰਡਿਆ ਗਿਆ ਆਪ ਅਤੇ ਕਾਂਗਰਸ ਵੱਲੋਂ, ਅਤੇ ਅਕਾਲੀ ਦਲ ਨੂੰ ਲੋਕਾਂ ਨੇ ਸਿਆਸਤ ਤੋਂ ਮਤਲਬ ਕਿ ਰਾਜ ਤੋਂ ਲਾਂਭੇ ਕਰਤਿਆ, ਅਤੇ ਉਸ ਤੋਂ ਬਾਅਦ ਮੌਕਾ ਜਿਹੜਾ ਕੇਜਰੀਵਾਲ ਨੂੰ ਦਿੱਤਾ ਸੀ ਪੰਜਾਬ ਵਾਲਿਆਂ ਨੇ ਇੱਥੋਂ ਵਿਧਾਇਕ ਜਿਤਾ ਕੇ ਭੇਜਿਆ, ਵਿਧਾਨਸਭਾ ਦੇ ਵਿੱਚ ਵਿਰੋਧੀ ਧਿਰ ਬਣੀ, ਤੁਸੀਂ ਇੱਕ ਵੀ ਮੁੱਦਾ ਵਿਧਾਨਸਭਾ ਦਾ ਕੱਢ ਦਿਓ ਪੰਜ ਸਾਲ ਦੇ ਵਿੱਚ ਵੀ ਵਿਰੋਧੀ ਧਿਰ ਨੇ ਕੋਈ ਉਠਾਇਆ ਹੋਵੇ, ਹਾਲਾਂਕਿ ਬੇਅਦਬੀ ਜਿਹੜਾ ਮੁੱਦਾ ਸੀਗਾ ਬਹੁਤ ਹੀ ਸੰਜੀਦਾ ਸੀਗਾ, ਉਹ ਉੱਠਣਾ ਚਾਹੀਦਾ ਤਾਂ ਉਹਦਾ ਹੱਲ ਹੋਣਾ ਚਾਹੀਦਾ ਤਾਂ, ਲੇਕਿਨ 17 ਦੇ ਵਿੱਚ ਉੱਤੇ ਰਾਜਨੀਤੀ ਹੋਈ, ਹੁਣ ਲੋਕ ਸਭ ਸਮਝ ਚੁੱਕੇ ਹੈ ਉਦੋਂ ਰਾਜਨੀਤੀ। ਸਸਪੈਂਡ ਕਰਤਾ ਸੀ ਆਪਣਾ ਵਿਧਾਇਕ ਅਸੀਂ, ਆਮ ਆਦਮੀ ਪਾਰਟੀ ਕਹਿ ਰਹੀ ਹੈ ਕੋਈ ਸਸਪੈਂਡ ਨਹੀਂ ਕੀਤਾ, ਤੁਸੀਂ ਔਨ ਰਿਕਾਰਡ ਕਰੋ ਸਸਪੈਂਡ ਕੋਈ ਨਹੀਂ ਕੀਤਾ, ਸਾਹਿਬ ਅੱਜ ਤਨਖਾਹਾਂ ਦੇ ਮਾਲਕ ਬਣ ਕੇ ਜਿਹੜੇ MLA ਬਣੇ ਸੀਗੇ ਤੇ ਉਹਨਾਂ ਵਿੱਚੋਂ 11 ਭੱਜ ਕੇ ਕਾਂਗਰਸ ਜੁਆਇਨ ਕਰ ਗਏ, ਜਿਹੜੇ MLA 20 MLA ਨਹੀਂ ਪਾਰਟੀ ਸਾਂਭ ਸਕੀ ਉਹ ਪੰਜਾਬ ਕਿਵੇਂ ਚਲਾਊਗੀ? ਇਹ ਲੋਕ ਅੱਜ ਵਿਚਾਰ ਰਹੇ ਆ ਸਮਝ ਰਹੇ ਆ, ਸੋ ਅੱਜ ਪੰਜਾਬ ਦੇ ਵਿੱਚ ਹਨੇਰੀ ਝੁੱਲੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਤੇ BSP ਦੀ ਤੇ ਗੱਠਜੋੜ ਦੀ ਜਿਹੜੀ ਸਾਂਝੀ ਸਰਕਾਰ ਬਣਨ ਜਾ ਰਹੀ ਹੈ, ਤੋ ਇੱਥੋਂ ਵੱਡੀ ਲੀਡ ਦੇ ਨਾਲ ਸਰਦਾਰ ਰਣਜੀਤ ਸਿੰਘ ਦੀ ਗਿੱਲ ਸਾਹਿਬ ਹੈ ਜਿਹੜੇ ਜਿਤਾ ਕੇ ਹਲਕੇ ਦੇ ਲੋਕ ਪਤਵੰਤ ਤੇ ਸੱਜਣ ਵਿਧਾਨ ਸਭਾ ਦੇ ਭੇਜ ਰਹੇ ਆ। ਠੀਕ ਹੈ, ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਸਨ ਅਕਾਲੀ ਦਲ ਦੇ ਵਰਕਰ ਤੇ ਆਗੂ ਹਰਦੀਪ ਸਿੰਘ, ਜਿਨ੍ਹਾਂ ਵੱਲ ਦੱਸਿਆ ਗਿਆ ਕਿ ਅਕਾਲੀ ਦਲ ਦੀ ਹਨੇਰੀ ਝੁੱਲ ਰਹੀ ਹੈ, ਆਉਣ ਵਾਲੀ ਸਰਕਾਰ ਅਕਾਲੀ ਦਲ ਦੀ ਹੈ, ਪਰ 10 ਮਾਰਚ ਨੂੰ ਪਤਾ ਲੱਗੇਗਾ ਕਿ ਕਿਸ ਨੂੰ ਲੋਕ ਫਤਵਾ ਦਿੰਦੇ ਨੇ, ਕੌਣ ਪੰਜਾਬ ਦੇ ਉੱਤੇ ਰਾਜ ਕਰਦਾ।